ਪੰਜਾਬੀ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਪ ਮੁੱਖ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਦੇ ਦਰਮਿਆਨ ਟਵਿੱਟਰ ਵਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੱਕਰਾਲ ਨੇ ਰੰਧਾਵਾ ਵੱਲੋਂ ਲਗਾਤਾਰ ਟਵੀਟ ਕਰ ਕੈਪਟਨ ਦੇ ਚੱਕੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਰਗਾੜੀ ਪੁੱਛ ਗਿੱਚ ਲਈ ਮੈਂ ਤੁਹਾਨੂੰ ਚੁਣੌਤੀ ਦਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਚੱਕਣ ਤੇ ਇਸ ਗੱਲ ਤੋਂ ਇਨਕਾਰ ਕਰਨ ਲਈ ਕਿ ਦੋਵੇਂ ਜਾਂਚ ਅਧਿਕਾਰੀ ਕੋਰ ਬੀਜੇ ਪ੍ਰਤਾਪ ਸਿੰਘ ਤੇ ਰਣਵੀਰ ਐਸ ਖੱਟੜਾ ਤੁਹਾਡੀ ਸ਼ਿਫਾਰਸ਼ਾ ਤੇ ਨਿਯੁਕਤ ਕੀਤੇ ਗਏ ਸਨ ਮੇਰੇ ਤੇ ਬੇਬੁਨਿਆਦ ਦੋਸ਼ ਲਾਉਣ ਦੀ ਬਜਾਏ ਆਪਣਾ ਕੰਮ ਕਰੋ ਉਹਨਾਂ ਅੱਗੇ ਕਿਹਾ ਕਿ ਪਰੇਸ਼ਾਨ ਕੀ ਤੁਸੀਂ ਕਦੇ ਮੈਨੂੰ ਐਨੇ ਸਾਲਾਂ ਵਿੱਚ ਕਿਸੇ ਵੀ ਮੁੱਦੇ ਤੇ ਪਰੇਸ਼ਾਨ ਹੁੰਦੇ ਵੇਖਿਆ ਅਸਲ 'ਚ ਜੇਕਰ ਤੁਸੀਂ ਪਰੇਸ਼ਾਨ ਹੋ ਤੇ ਉਲਝਣ ਵਿੱਚ ਹੋ ਇਹ ਤੁਹਾਡੇ ਸੰਕੇਤ ਹਨ ਤੁਸੀਂ ਅਰੂਸਾ ਆਲਾਮ ਦੇ ਵਿਰੁੱਧ ਇਸ ਅਖੋਤੀ ਜਾਂਚ ਤੇ ਆਪਣਾ ਮਨ ਕਿਉਂ ਨਹੀਂ ਬਣਾਉਂਦੇ ਕੈਪਟਨ ਨੇ ਅੱਗੇ ਕਿਹਾ ਕਿ ਅਰੂਸਾ ਦਾ ਵੀਜ਼ਾ ਕਿਸ ਨੇ ਸਪான்ਸਰ ਕੀਤਾ ਬੇਸ਼ੱਕ 16 ਸਾਲ ਲਈ ਕੀਤਾ ਤੇ ਐਫワイਆਈ ਅਜੇ ਵੀਜ਼ੇ ਲਈ ਅਪੀਲ ਭਾਰਤੀ ਹਾਈ ਕਮਿਸ਼ਨ ਨੂੰ ਭੇਜੀ ਜਾਂਦੀ ਹੈ ਉਸ ਤੋਂ ਪਹਿਲਾਂ ਰਾ ਅਤੇ ਆਈਬੀ ਵੱਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤੇ ਇਸ ਮਾਮਲੇ 'ਚ ਹਰ ਵਾਰ ਇਹੀ ਹੋਇਆ ਇਸ ਤੋਂ ਜ਼ਿਆਦਾ ਹੋਰ ਕੀ ਹੈ ਅਰੂਸਾ ਆਲਾਮ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਤਤਕਾਲੀ ਯੂਪੀ ਦੇ ਪ੍ਰਧਾਨ ਮੰਤਰੀ ਦੇ ਹੁਕਮ ਤੇ ਐਨਐਸਏ ਵੱਲੋਂ 2007 ਚ ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ ਇੱਕ ਵਿਸਥਾਰਪੂਰਵਕ ਜਾਂਚ ਕੀਤੀ ਗਈ ਸੀ ਤੁਸੀਂ ਵੀ ਪੰਜਾਬ ਦੇ ਸਰੋਤਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤੁਹਾਨੂੰ ਜੋ ਕੁਝ ਵੀ ਚਾਹੀਦਾ ਮੈਂ ਤੁਹਾਡੀ ਮਦਦ ਕਰਾਂਗਾ ਕੈਪਟਨ ਦੇ ਸਲਾਹਕਾਰ ਨੇ ਇੱਕ ਪੁਰਾਣੀ ਫੋਟੋ ਤੇ ਪੋਸਟ ਵੀ ਕੀਤੀ ਹੈ ਜਿਸ ਚ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਜ਼ਰ ਆ ਰਹੇ ਨੇ ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਦਾ ਬਣੇ ਰਹੋ ਪੰਜਾਬੀ ਨਿਊਜ਼ ਬਲੌਗਰ ਚੈਨਲ ਦੇ ਨਾਲ